ਫਾਜ਼ਿਲਕਾ ਦੇ ਕੈਂਟ ਰੋਡ ਤੇ ਰਹਿਣ ਵਾਲੀ ਇੱਕ ਮਹਿਲਾ ਦੀ ਸੰਦਿਗਧ ਪਰਿਸਥਿਤੀਆਂ ਦੇ ਵਿੱਚ ਹੋਈ ਮੌਤ। ਫਾਜ਼ਿਲਕਾ ਦੇ ਸਿਵਲ ਹਸਪਤਾਲ ਦੀ ਮੋਰਚੀ ਦੇ ਵਿੱਚ ਰਖਵਾਈ ਲਾਸ਼, ਮ੍ਰਿਤਕਾ ਦੇ ਪਤੀ ਵੱਲੋਂ ਲਗਾਏ ਗਏ ਆਰੋਪ। ਫਾਜ਼ਿਲਕਾ ਦੇ ਕੈਂਟ ਰੋਡ ਤੇ ਰਹਿਣ ਵਾਲੀ ਇੱਕ ਮਹਿਲਾ ਦੀ ਸੰਦਿਗਧ ਪਰਿਸਥਿਤੀਆਂ ਦੇ ਵਿੱਚ ਮੌਤ ਹੋ ਗਈ, ਜਿਸ ਤੋਂ ਬਾਅਦ ਉਸਦੇ ਪਤੀ ਵੱਲੋਂ ਕਈ ਗੰਭੀਰ ਆਰੋਪ ਲਗਾਏ ਜਾ ਰਹੇ ਹਨ। ਉਧਰ ਇਸ ਮਾਮਲੇ ਦੀ ਪੁਲਿਸ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਦੇ ਪਤੀ ਨੇ ਦੱਸਿਆ ਕਿ ਉਸਦੀ ਪਤਨੀ ਦੀ ਹਾਲਤ ਅਚਾਨਕ ਵਿਗੜ ਗਈ, ਜਿਸ ਤੋਂ ਬਾਅਦ ਉਹਨਾਂ ਵੱਲੋਂ ਉਸ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਰਸਤੇ ਦੇ ਵਿੱਚ ਫਰੀਦਕੋਟ ਲਿਜਾਂਦੇ ਸਮੇਂ ਉਸਦੀ ਮੌਤ ਹੋ ਗਈ, ਜਿਸ ਤੋਂ ਬਾਅਦ ਉਸਦੀ ਲਾਸ਼ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੀ ਮੋਰਚੀ ਦੇ ਵਿੱਚ ਰਖਵਾਇਆ ਗਿਆ। ਮ੍ਰਿਤਕਾ ਦੇ ਪਤੀ ਵੱਲੋਂ ਆਪਣੀ ਪੜੋਸਣ ਤੇ ਇਸ ਮਾਮਲੇ ਦੇ ਵਿੱਚ ਗੰਭੀਰ ਆਰੋਪ ਲਗਾਏ ਗਏ ਹਨ। ਉਧਰ ਇਸ ਮਾਮਲੇ ਦੇ ਵਿੱਚ ਫਾਜ਼ਿਲਕਾ ਦੇ DSP ਜੋਰਾ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਮਾਮਲਾ ਕੁਝ ਸੰਦਿਗਧ ਨਜ਼ਰ ਆ ਰਿਹਾ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਾਂਚ ਤੋਂ ਬਾਅਦ ਹੀ ਪੂਰੀ ਜਾਣਕਾਰੀ ਦਿੱਤੀ ਜਾਏਗੀ। ਜੀ ਅੱਜ ਵੀਰੇ ਮੈਂ ਮੰਡੀ ਕੰਮ ਕਰਦਾ ਪਿਆ ਸੀ, ਕੰਮ ਲੱਗਿਆ ਹੋਇਆ ਸੀ ਤੇ ਇਹ ਨਾ ਮੈਨੂੰ 10 ਮਿੰਟ ਪਹਿਲਾਂ ਫੋਨ ਆਇਆ ਕਹਿੰਦੀ ਘਰੇ ਆਜੋ ਕੋਈ ਆਉਂਦਾ ਪਿਆ ਤੇ ਮੈਂ ਆਇਆ ਤੇ ਇਹ ਉਲਟੀਆਂ ਕਰੀਆਂ ਸੀ। ਮੈਂ ਕਿਵੇਂ ਕੀ ਹੋ ਗਿਆ? ਕਹਿੰਦੀ ਮੈਂ ਗੁਆਂਢਣ ਗਈ ਸੀਮਾ, ਉਹਨੇ ਕੋਲ ਕੋਲਡ ਡਰਿੰਕ ਪੀ ਕੇ ਆਈ ਹਾਂ ਤੇ ਮੈਂ ਕਹਿੰਦੀ ਮੈਂ ਜੀ ਔਖਾ ਹੁੰਦਾ ਵਾ, ਮੈਨੂੰ ਹੋਰ ਕੋਲਡ ਡਰਿੰਕ ਲਿਆ ਦਿਉ। ਮੈਂ ਹੋਰ ਕੋਲਡ ਡਰਿੰਕ ਲਿਆ ਕੇ ਦਿੱਤਾ ਤੇ ਬਸ ਉਵੇਂ ਉਲਟੀਆਂ ਕਰਨ ਲੱਗ ਪਈ। ਫਿਰ ਤਾਂ ਮੈਂ ਨਾਲ ਦੀ ਨਾਲ ਸਿਵਲ ਹਸਪਤਾਲ ਲੈ ਆਉਂਦਾ ਤੇ ਇੱਥੇ ਆ ਕੇ ਕੀ ਹੋਇਆ ਜੀ? ਇੱਥੇ ਆ ਕੇ ਡਾਕਟਰ ਨਾਲ ਟ੍ਰੀਟਮੈਂਟ ਕੀਤਾ ਜੀ, ਉਹ ਕਹਿੰਦੇ ਦਾਦਾ ਫਰੀਦਕੋਟ ਲੈ ਜਾਓ। ਫਰੀਦਕੋਟ ਲੈ ਕੇ ਜਾਂਦੇ ਰਸਤੇ ਡੈਥ ਹੋ ਗਈ ਜੀ। ਕੀ ਲੱਗਦਾ ਕਿਸ ਕਾਰਨ ਤੋਂ ਇਹ ਡੈਥ ਹੋਈ ਹੈ ਜੀ? ਇਹ ਸਿਵਲ ਇੰਜੀਨੀਅਰ ਦੀ ਰੰਜਿਸ਼ ਕੱਢੀ ਹੈ ਜੀ। ਕੀ ਰੰਜਿਸ਼ ਕੀ ਸੀ ਜੀ? ਬਸ ਪੈਸੇ ਦਾ ਲੈਣ ਦੇਣ ਹੈਗਾ ਸੀ। ਅੱਛਾ, ਤੁਸੀਂ ਲੈਣੇ ਸੀ ਕਿ ਦੇਣੇ ਸੀ ਜੀ? ਅਸੀਂ ਲੈਣੇ ਨਹੀਂ ਸੀਗੇ, ਅਸੀਂ ਆ ਦਵਾਈ ਸੀ ਵਿਆਹ ਤੇ ਅੱਗੋਂ ਵਿਆਹ ਜਾਂਦੀ ਸੀ। ਮਤਲਬ ਗਰੰਟਰ ਸੀ ਤੁਸੀਂ? ਹਾਂਜੀ। ਕੀ ਲੱਗਦਾ ਉਹਨੇ ਕੀ ਕੀਤਾ? ਇਹਦੇ ਮੈਨੂੰ ਕੋਲਡੀ ਵਿੱਚ ਕੁਛ ਨੇ ਪਾ ਕੇ ਦਿੱਤਾ। ਕੀ ਮੰਗ ਕਰਦੇ ਪ੍ਰਸ਼ਾਸਨ ਤੋਂ? ਪ੍ਰਸ਼ਾਸਨ ਨੇ ਮੇਰੀ ਮੰਗ ਕਰਦਾ ਮੈਨੂੰ ਸਾਫ ਦਵਾਇਆ ਜਾਵੇ ਤੇ ਉਹਨਾਂ ਦੇ 302 ਦਾ ਪਰਚਾ ਕੀਤਾ ਜਾਵੇ। ਅੱਜ ਕੋਈ ਘੰਟਾ ਕੁ ਪਹਿਲਾਂ ਕੋਈ ਸਾਡੇ ਧਿਆਨ 'ਚ ਆਇਆ ਸੀ ਮਾਮਲਾ, ਕੋਈ ਲੇਡੀਜ਼ ਕੋਈ ਹੋਸਪਿਟਲ ਦਾਖਲ ਹੋਈ ਹੈ ਜਿਹਦੀ ਡੈਥ ਹੋ ਗਈ ਹੈ ਅਤੇ ਇੱਥੇ ਡਾਕਟਰ ਸਾਹਿਬ ਨੂੰ ਵੀ ਤਾਲਮੇਲ ਕੀਤਾ ਗਿਆ ਅਤੇ ਅਸੀਂ ਸਾਰਾ ਮਾਮਲਾ ਪੁੱਛਗਿੱਛ ਕਰ ਰਹੇ ਹਾਂ, ਜੋ ਵੀ ਸਾਹਮਣੇ ਆਊਗੀ ਫਿਰ ਉਹਦਾ ਕਾਰਵਾਈ ਕੀਤੀ ਜਾਊਗੀ। ਸਰ ਕਿੰਨੀ ਕੁ ਉਮਰ ਹੈ ਜਿਹਨੇ ਦੀ ਡੈਥ? 30-35 ਸਾਲ ਦੇ ਵਿੱਚ ਹੈ ਕੋਈ ਲੇਡੀ। ਕੀ ਨਾਂ ਨੂੰ ਕੀ ਸੀ ਜੀ ਇਹਨਾਂ ਦਾ? ਪ੍ਰਿੰਕਾ ਦਾ ਅਤੇ ਇੱਥੋਂ ਡੇਰਾ ਸੱਚਾ ਸੌਦਾ ਕਲੋਨੀ 'ਤੇ ਰਹਿਣ ਵਾਲੇ ਹੈ ਅਤੇ ਇਹਦੇ ਘਰ ਵਾਲੇ ਨੇ ਉਹ ਜੋ ਦੱਸ ਰਹੇ ਨੇ ਅਸੀਂ ਉਹ ਅਤੇ ਉਹਦੇ ਆਸ ਪਾਸ ਤੋਂ ਜੋ ਵੀ ਪੁੱਛਗਿੱਛ ਕਰ ਰਹੇ ਹਾਂ, ਜੋ ਵੀ ਗੱਲ ਸਾਹਮਣੇ ਆਊਗੀ ਕਾਰਵਾਈ ਕੀਤੀ ਜਾਊਗੀ। ਠੀਕ ਹੈ ਸਰ।